ਉਹ ਕਿਹੜਾ ਜੀ ਉਹ ਬਾਬਾ ਉਹ ਜਿਹੜਾ ਇੱਕ ਜੀ ਅੱਖ ਜੀ ਮੀਟ ਦਾ ਉਹ ਕਿੱਥੇ ਗਿਆ ਰਾਮ ਦੇ ਬਣ ਗਿਆ ਰਾਮ ਰੂਮ ਕਾਹਦਾ ਰਹਿ ਗਿਆ ਰਾਮ ਦਾ ਨਾਮ ਬਦਨਾਮ ਕਰਦਾ ਤੇ ਆ ਜਿਹੜਾ ਸੀ ਐਮ ਬਣਿਆ ਇੱਥੋਂ ਦਾ ਕੇਜਰੀਵਾਲ ਕਹਿੰਦਾ ਮਦਦ ਕਰਦਾ ਵੀਰੋ ਕੋਈ ਮਦਦ ਮਿਲੀ ਆ ਆਪਾਂ ਨੂੰ ਕੇਜਰੀਵਾਲ ਮੈਂ ਵੀ ਆਏ ਹਾਂ ਕੋਈ ਇਦਾਂ ਦੀ ਮਦਦ ਕੋਈ ਦੇਖ ਨਹੀਂ ਦੀ ਦਿੱਲੀ ਮੁੱਢ ਕਦੀਮਾਂ ਤੋਂ ਸਾਨੂੰ ਮਾਰਦੀ ਰਹੀ ਸਾਨੂੰ ਸਾੜਦੀ ਰਹੀ ਪਰ ਪਤਾ ਨਹੀਂ ਫਿਰ ਵੀ ਕਿਹੜੀ ਮਿੱਟੀ ਦੀ ਬਣੀ ਆ ਕੌਮ ਜਾ ਰਹੇ ਦਿੱਲੀ ਦੀ ਜਾਨਾਂ ਮਾਰਦੀ ਰਹੀ ਹੱਕ ਲੈਣੇ ਨੇ ਤੇ ਲੈਣੇ ਨੇ ਭਾਈ ਹੱਕ ਸਾਡਾ ਹੱਕ ਇੱਥੇ ਰੱਖ ਸਾਡਾ ਹੱਕ ਇੱਥੇ ਰੱਖ ਜੀ ਕਾ ਖਾਲਸਾ ਸੈਨਿਕ ਸੰਘਰਸ਼ ਵਿੱਚ ਪ੍ਰਸਿੱਧ ਢਾਡੀ ਭਾਈ ਤਰਸੇਮ ਸਿੰਘ ਮੋੜਾਂ ਵਾਲੀ ਜੀ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਗੁਰੂ ਦੇ ਸਿੰਘਾਂ ਨੇ ਘੋੜੇ ਬੰਨਦੇ ਤੇ ਉੱਪਰ ਬੰਨਦੇ ਤੇ ਆ ਬਾਰਡਰ ਦੇ ਤੇ ਸਿੰਘ ਡਟ ਗਏ ਨੇ ਬਾਰਡਰ ਦੇ ਉੱਪਰ ਵੀਰੋ ਦੇਖੋ ਇਹ ਮਹਾਰਾਜ ਦਾ ਪੰਥ ਆ ਇਹ ਜਦੋਂ ਵੀ ਕੋਈ ਕੰਮ ਕਰਦੇ ਆ ਆਪਣੇ ਆਪ ਨਹੀਂ ਕਰਦੇ ਮਹਾਰਾਜ ਤੋਂ ਹੁਕਮ ਲੈ ਕੇ ਕਰਦੇ ਆ ਉਹ ਸਤਿਗੁਰਾਂ ਦਾ ਹੁਕਮ ਹੋਏਗਾ ਦੇਖੋ ਫੌਜਾਂ ਤੇ ਕਿਹਦੀਆਂ ਫੌਜਾਂ ਮਹਾਰਾਜ ਦੀਆਂ ਇਹ ਗੁਰੂ ਕੀਆਂ ਲਾਡਲੀਆਂ ਫੌਜਾਂ ਨਾ ਜਦੋਂ ਗੁਰੂ ਸਾਹਿਬ ਨੂੰ ਜੋ ਚੀਜ਼ ਭਾਉਂਦੀਆਂ ਹੁੰਦੀ ਆ ਫਿਰ ਇਹ ਕੀ ਗੱਲ ਅਸੀਂ ਬਹੁਤ ਸਿਆਣੇ ਆ ਸਾਡੇ ਸਿੰਘ ਇਹ ਫੂੜ ਮਤ ਕਰਨ ਵਾਲੇ ਨਹੀਂ ਪਹਿਲ ਕਦੇ ਵੀ ਪੰਥ ਨੇ ਨਹੀਂ ਕੀਤੀ ਸਰਕਾਰਾਂ ਕਰਦੀਆਂ ਰਹੀਆਂ ਮਹਾਰਾਜ ਦੇ ਜੰਗ ਯੁੱਧ ਹੋਏ ਆ ਵੀਰਾ ਉਹਨਾਂ ਜੰਗਾਂ ਯੁੱਧਾਂ ਵਿੱਚ ਵੀ ਫੌਜਾਂ ਚੜ੍ਹ ਕੇ ਆਈਆਂ ਮਹਾਰਾਜ ਜੀ ਕਿਸੇ ਚੜ੍ਹ ਕੇ ਨਹੀਂ ਗਏ ਹੱਕਾਂ ਦੀ ਖਾਤਰ ਐਜੀਟੇਸ਼ਨ ਕਰਨੇ ਹੱਕਾਂ ਦੀ ਖਾਤਰ ਮੋਰਚੇ ਲਾਉਣੇ ਉਹ ਜਾਇਜ਼ ਨੇ ਉਹ ਨਜਾਇਜ਼ ਥੋੜ੍ਹੀ ਆ ਉਹ ਜਾਇਜ਼ ਨੇ ਦੂਜੀ ਗੱਲ ਉਹ ਕਿਹੜਾ ਜੀ ਉਹ ਬਾਬਾ ਉਹ ਜਿਹੜਾ ਇੱਕ ਜੀ ਅੱਖ ਜੀ ਮੀਟਦਾ ਉਹ ਕਿੱਥੇ ਗਿਆ ਰਾਮ ਦੇ ਬਣ ਗਿਆ ਰਾਮ ਰੂਮ ਕਾਹਦਾ ਰਹਿ ਗਿਆ ਰਾਮ ਦਾ ਨਾਮ ਬਦਨਾਮ ਕਰਦਾ ਹੈ ਨਾ ਹੁਣ ਦੇਖੋ ਸਾਧੂ ਕਹੋਣੇ ਤੁਸੀਂ ਉਹ ਯਾਰੋ ਤੁਸੀਂ ਇੱਥੇ ਤੁਸੀਂ ਜੰਤਰ ਮੰਤਰ ਕਿਹੜਾ ਉੱਥੇ ਐਜੀਟੇਸ਼ਨ ਕਰਦੇ ਰਹੇ ਤੇ ਆ ਜਿਹੜਾ ਸੀ ਐਮ ਬਣਿਆ ਇੱਥੋਂ ਦਾ ਕੇਜਰੀਵਾਲ ਕਹਿੰਦਾ ਮਦਦ ਕਰਦਾ ਵੀਰੋ ਕੋਈ ਮਦਦ ਮਿਲੀ ਆ ਆਪਾਂ ਨੂੰ ਕੇਜਰੀਵਾਲ ਮੈਂ ਵੀ ਆਏ ਹਾਂ ਕੋਈ ਇੱਦਾਂ ਦੀ ਮਦਦ ਕੋਈ ਦੇਖ ਨਹੀਂ ਰਹੀ ਦੂਜੀ ਗੱਲ ਅੰਨਾ ਹਜ਼ਾਰੇ ਦੇ ਅੰਦੋਲਨ 'ਚ ਕੁਛ ਨਿਕਲਿਆ ਇੱਦਾਂ ਜੋ ਪੁਰਾਣੀ ਹਿਸਟਰੀ ਦੇ ਕਿਤੋਂ ਕੁਛ ਨਿਕਲਿਆ ਕਿਤੋਂ ਕੁਛ ਨਿਕਲਿਆ ਵੀਰੋ ਇਹ ਕਿਤੇ ਨਾ ਕਿਤੇ ਜਿਹੜੇ ਲੀਡਰ ਨੇ ਨਾ ਉਹ ਸ਼ੇਖ ਸਾਧੀ ਸਾਹਿਬ ਅਤੇ ਸੁਕਰਾਤ ਉਹਨਾਂ ਦੇ ਬਚਨ ਨੇ ਵੀ ਚੋਰ ਲੁਟੇਰੇ ਇੰਨਾ ਲੋਕਾਂ ਨੂੰ ਨਹੀਂ ਲੁੱਟਦੇ ਜਿੰਨਾ ਲੀਡਰ ਲੁੱਟਦੇ ਆ ਇਹ ਉਹਨਾਂ ਤੋਂ ਕਈ ਹਜ਼ਾਰ ਗੁਣਾ ਜ਼ਿਆਦਾ ਭੈੜੇ ਹੁੰਦੇ ਆ ਉਹ ਕੁਛ ਅਸੀਂ ਵੇਖ ਰਹੇ ਹਾਂ ਦੇਸ਼ ਨੂੰ ਲੁੱਟੀ ਜਾਂਦੇ ਆ ਨਾਲੇ ਖਾਈ ਜਾਂਦੇ ਆ ਨਾਲੇ ਕੁੱਟੀ ਜਾਂਦੇ ਪਰ ਇੱਕ ਗੱਲ ਹੈ ਦੇਖੋ ਤੁਸੀਂ ਸਿਆਣੇ ਹੋ ਐਡੀ ਵੱਡੀ ਗਿਣਤੀ 'ਚ ਯਾਰ ਵਿਹਲਾ ਥੋੜ੍ਹੀ ਹੈ ਕੋਈ ਐਡੀ ਵੱਡੀ ਗਿਣਤੀ ਦੇ ਵਿੱਚ ਇੰਨੀਆਂ ਫੌਜਾਂ ਦਾ ਪਹੁੰਚ ਜਾਣਾ ਔਰ ਪੰਥ ਆ ਪੰਥ ਤਾਂ ਅਗਵਾਈ ਕਰਦਾ ਹੀ ਰਿਹਾ ਇਹ ਪਹਿਲੀ ਵਾਰੀ ਨਹੀਂ 19 ਵਾਰੀ ਅਗਵਾਈ ਕੀਤੀ ਇਤਿਹਾਸ ਕਦੇ ਬਣੇ ਇਤਿਹਾਸ ਨਹੀਂ ਇਸ ਗੱਲੇ ਕਿ ਅਸਾਂ ਰਾਜਿਆਂ ਦੇ ਕਿੰਨੇ ਪੂਰਜਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਕਿਹੜੀ ਕੌਮ ਨੇ ਬਹੁਤੇ ਮਨਸੂਰ ਜਮੇ ਬਾਬਾ ਜੀ ਇਹ ਪੰਜਾਬ ਨਾਲ ਧੱਕਾ ਪਹਿਲੀ ਵਾਰ ਨਹੀਂ ਹੋਇਆ ਸਮਾਂ ਇਸ ਗੱਲ ਦੀ ਗਵਾਹ ਆ ਇਤਿਹਾਸ ਗਵਾਹ ਆ ਕਿ ਹਮੇਸ਼ਾ ਕੇਂਦਰੀ ਵਜ਼ਾਰਤ ਪੰਜਾਬ ਨਾਲ ਧੱਕਾ ਕਰਦੀ ਰਹੀ ਹੈ ਪਾਰਟੀ ਕੋਈ ਵੀ ਹੋਵੇ ਚਾਹੇ ਨਹੀਂ ਸੱਚ ਆ ਦੇਖੋ ਦਿੱਲੀ ਮੁੱਢ ਕਦੀਮਾਂ ਤੋਂ ਸਾਨੂੰ ਮਾਰਦੀ ਰਹੀ ਸਾਨੂੰ ਸਾੜਦੀ ਰਹੀ ਪਰ ਪਤਾ ਨਹੀਂ ਫਿਰ ਵੀ ਕਿਹੜੀ ਮਿੱਟੀ ਦੀ ਬਣੀ ਆ ਕੌਮ ਜਾ ਰਹੇ ਦਿੱਲੀ ਦੀ ਜਾਨਾਂ ਮਾਰਦੀ ਰਹੀ ਆ ਹੁਣੇ ਆ ਤਾਜ਼ੀਆਂ ਜਿਹੜੇ ਫੌਜੀ ਵੀਰ ਸਾਡੇ ਸ਼ਹੀਦ ਹੋਏ ਆ ਵੀਰਾ ਕੋਈ ਗੱਲ ਨਹੀਂ ਮਹਾਰਾਜ ਕਿਰਪਾ ਕਰੇ ਇੱਥੇ ਹੀ ਆ ਅਸੀਂ ਹੋਰ ਵੀ ਚੈਨਲ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲਈਏ ਤੁਸੀਂ ਬਹੁਤ ਚੰਗਾ ਦਿਖਾ ਰਹੇ ਇੱਕ ਮਿੰਟ ਤੁਸੀਂ ਵੀ ਐਜ਼ ਏ ਪੱਤਰਕਾਰ ਨਹੀਂ ਮੈਂ ਦੇਖਿਆ ਕੁਝ ਕੈਸੇ ਚਿਹਰੇ ਆ ਜਿਨ੍ਹਾਂ ਵੀਰਾਂ ਨੇ ਡਟ ਕੇ ਐਨ ਅੜ ਕੇ ਆਪਣੀ ਜਾਨ ਤਲੀ 'ਤੇ ਧਰ ਕੇ ਕਵਰੇਜ ਕੀਤੀ ਆ ਤੁਸੀਂ ਦੁਨੀਆ ਨੂੰ ਦਿਖਾਇਆ ਜੇ ਤੁਸੀਂ ਨਾ ਦਿਖਾਉਂਦੇ ਨਾ ਸ਼ਾਇਦ ਇਹ ਦਿੱਲੀ ਦੀਆਂ ਹੱਦਾਂ ਤੋਂ ਬਾਹਰ ਕਿਸੇ ਨੂੰ ਪਤਾ ਹੀ ਨਾ ਲੱਗਦਾ ਬਾਬਾ ਜੀ ਆਖਰੀ ਸਵਾਲ ਇਸ ਤਰ੍ਹਾਂ ਦਾ ਅੰਦੋਲਨ ਸ਼ਹੀਨ ਬਾਗ ਵਿੱਚ ਹੋਇਆ ਕੁਝ ਮਹੀਨੇ ਪਹਿਲਾਂ ਉਹਨੂੰ ਦਬਾ ਦਿੱਤਾ ਗਿਆ ਚਾਹੇ ਕਰੋਨਾ ਦੀ ਆੜ ਸੀ ਚਾਹੇ ਹੋਰ ਕਾਰਨ ਸੀਗੇ ਦੇਖੋ ਅੰਦੋਲਨ ਹੁੰਦੇ ਰਹੇ ਨੇ
होंदे रहने ने, पर आ जिहड़ा अंदोलन है ना ये किसी भी तरह की कोई ये इनू कोई किसी ना जोड़े कोई किसी ना जोड़े इदा भी कदे नहीं हो सकता। ये किसानों का अंदोलन आ, निरा किसानी का आ, अपने हकों की गल आ, और ये हक लैने ने तो लैने ने भाई, हक साडा हक साडा हक। हर गल ते करांगे तिते सवाल, लवांगे जवाब, भावें कोई होवे वड्डा सियासतदान। मैं जानी के कमलदीप सिंह जल्द लैके आ रहा तुहाडा अपना प्रोग्राम पढ़दे पिछला सच।